ਇਧਰੋਂ ਉਧਰੋਂ ਫੋਨ ਕਰਾ ਕੇ ਕਿ ਉਹ ਇਸ ਲੈਵਲ ਦੇ ਨੇ, ਮਾਡਲ ਟਾਊਨ ਰਹਿੰਦੇ ਸਨ ਨਵਾਸ਼ ਦੇ ਘਰਾਂ ਦੇ ਸਾਹਮਣੇ। ਉਧਰ ਮੈਂ ਗਿਆ, ਉਹਨਾਂ ਨੂੰ ਜਾ ਕੇ ਆਪਣੀ ਗੱਲ ਸੁਣਾਈ। ਮੈਂ ਕਿਹਾ ਜੀ ਕਿ ਇਸ ਤਰ੍ਹਾਂ ਕਰਕੇ ਤੁਸੀਂ ਮੇਰਾ ਰਿਸ਼ਤਾ ਮੰਗਣ ਜਾਣਾ ਅਤੇ ਉਹ ਤੁਸੀਂ ਮੈਨੂੰ ਕੋਈ ਟਾਈਮ ਦੇਵੋ, ਫਿਰ ਮੈਂ ਉੱਧਰ ਕਹਾਂ ਅਤੇ ਫਿਰ ਤੁਸੀਂ ਜਾਣਾ। ਉਹ ਮੈਨੂੰ ਕਹਿਣ ਲੱਗੇ ਛੱਡੋ ਉਹਨਾਂ ਨੂੰ, ਤੁਸੀਂ ਮੇਰੇ ਨਾਲ ਵਿਆਹ ਕਰਾਓ। ਮੈਂ ਕਿਹਾ ਨਹੀਂ, ਮੈਂ ਸੋਰੀ ਮਸ਼ਵਰਾ ਲੈਣ ਨਹੀਂ ਆਇਆ ਸਾਂ, ਮੈਨੂੰ ਇਜਾਜ਼ਤ ਦੇਵੋ। ਇੱਕ ਮਿੰਟ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਦੁਬਾਰਾ ਬਿਠਾਇਆ। ਮੈਂ ਇਸ ਤਰ੍ਹਾਂ ਥੱਲੇ ਧਿਆਨ ਕੀਤਾ ਅਤੇ ਬਾਅਦ 'ਚ ਉਹਨਾਂ ਵੱਲ ਦੇਖਿਆ ਅਤੇ ਉਹ ਐਡੇ ਐਡੇ ਮੋਟੇ ਅੰਸੂ ਰੋ ਰਹੇ। ਮੈਂ ਕਿਹਾ ਤੁਹਾਨੂੰ ਕੀ ਹੋਇਆ? ਕਹਿੰਦੇ ਤੁਹਾਡੇ 'ਚ ਉਹ ਜਜ਼ਬਾ ਮੈਨੂੰ ਨਜ਼ਰ ਆਇਆ ਜਿਹੜਾ ਮੈਨੂੰ ਚਾਹੀਦਾ ਸੀ। ਮੇਰੇ ਕੋਲ ਕਾਫੀ ਪੈਸੇ ਵੀ ਨੇ, ਮੇਰੇ ਕੋਲ ਗੋਲਡ ਵੀ ਹੈ ਅਤੇ ਮੈਂ ਤੁਹਾਡੇ ਨਾਲ ਨੱਸ ਜਾਵਾਂਗੀ, ਤੁਸੀਂ ਮੇਰੇ ਨਾਲ ਵਿਆਹ ਕਰਾ ਲਓ। ਉਹਨਾਂ ਦਿਨਾਂ 'ਚ ਜੇ ਜ਼ਮੀਨ ਦਾ ਵੀ ਥੋੜ੍ਹਾ ਬਹੁਤ ਹੈ ਸੀ, ਮੇਰੀਆਂ ਆਦਤਾਂ ਹੋਟਲ ਸਨ, ਐਂਟੀ ਜ਼ਮੀਨ ਸਨ। ਉਹ ਆਪਣੇ ਨੌਕਰ ਦੇ ਹੱਥ ਮੈਨੂੰ ਪੈਸੇ ਭੇਜਦੀ ਰਹੀ, ਮੈਂ ਇੱਥੇ ਉਹ ਪੈਸੇ ਜ਼ਮੀਨ ਨੂੰ ਦਿੰਦਾ ਰਿਹਾ ਕਿ ਮੈਨੂੰ ਤੰਗ ਨਾ ਕਰੋ। ਜਿਨ੍ਹਾਂ ਨਾਲ ਮੇਰਾ ਇਸ਼ੂ ਸੀ ਉਹਨਾਂ ਦੇ ਦੋ ਬੱਚੇ ਸਨ, ਜਿਹੜੀ ਮੈਨੂੰ ਕਹਿ ਰਹੀ ਸੀ ਕੱਢ ਕੇ ਲੈ ਜਾਓ, ਉਹਨਾਂ ਦੇ ਤਿੰਨ ਬੱਚੇ ਸਨ। ਉਹ ਫਿਰ ਮੇਰੀ ਆਦਤ ਹੈ 50,000 ਕਾਰਡ ਪਾਉਣਾ ਅਤੇ ਜਿਹੜਾ ਬੰਦਾ ਮਿਲੇ ਮਿਲਦੇ ਹੀ ਕਾਰਡ ਦੇਣਾ। ਉਹ ਮੈਂ ਇਸੇ ਤਰ੍ਹਾਂ ਕਾਰਡ ਦਿੰਦੇ ਦਿੰਦਾ। ਇੱਕ ਦਿਨ ਮੈਂ ਸੁਹੇਲ ਵੜੈਚ ਨੂੰ ਮਿਲਣ ਗਿਆ ਅਤੇ ਥੱਲੇ ਖੜਾ ਅਤੇ ਮੈਂ ਕਾਰਡ ਦਿੱਤਾ ਸੁਹੇਲ ਵੜੈਚ ਦੇ ਨਾਲ ਬੰਦੇ ਸਨ ਅਤੇ ਕੋਈ ਬੱਚੇ ਸਨ, ਉਹਨਾਂ ਨੂੰ ਵੀ ਦੇ ਦਿੱਤਾ। ਉਹ ਬੱਚਾ ਆਪਣੇ ਘਰ ਕਾਰਡ ਲੈ ਗਿਆ, ਘਰੋਂ ਦੀ ਅੰਮੀ ਦਾ ਫੋਨ ਆ ਗਿਆ ਕਿ ਜਨਾਬ ਹੈ ਜਿਹੜਾ ਤੁਸੀਂ ਕਾਰਡ ਦਿੱਤਾ ਇਹਦੇ 'ਤੇ ਅਜੀਬ ਅਜੀਬ ਗੱਲਾਂ ਲਿਖੀਆਂ ਨੇ, ਤੁਸੀਂ ਬੰਦਿਆਂ ਦੇ ਸਿਆਸਤਦਾਨ ਹੋ ਜਾਂ ਔਰਤਾਂ ਦੇ ਵੀ? ਮੈਂ ਕਿਹਾ ਦੋਵਾਂ ਦਾ। ਉਹ ਕਹਿੰਦੇ ਜੀ ਫਿਰ ਸਾਡਾ ਇੱਕ ਕੰਮ ਹੈ ਉਹ ਤਾਂ ਕਰੋ। ਮੈਂ ਕਿਹਾ ਦੱਸੋ ਹੁਕਮ ਕਰੋ। ਉਹਨਾਂ ਨੇ ਕਿਹਾ ਕਿ ਇਹ ਇੱਕ ਫੋਨ ਨੰਬਰ ਹੈ, ਇਹ 'ਤੇ ਪਤਾ ਕਰਨਾ ਫੋਨ ਆ ਕਿਹੜੇ ਰਹੇ ਨੇ ਅਤੇ ਜਾ ਕਿਹੜੇ ਰਹੇ ਨੇ। ਮੈਂ ਪਤਾ ਕਰਵਾ ਕੇ ਦਿੱਤਾ। ਫਿਰ ਉਹਨਾਂ ਨੇ ਇੱਕ ਕੰਮ ਹੋਰ ਕਿਹਾ, ਫਿਰ ਉਹਨਾਂ ਨੇ ਕਿਹਾ ਜੀ ਇੱਕ ਮੇਰਾ ਹੋਰ ਕੰਮ ਕਰੋ। ਮੈਂ ਕਿਹਾ ਉਹ ਕੀ? ਕਹਿੰਦੇ ਇੱਕ ਬੰਦਾ ਮਾਰੋ। ਮੈਂ ਕਿਹਾ ਕਿ ਤੁਸੀਂ ਮੁਲਾਕਾਤ ਕਰੋ, ਮੈਨੂੰ ਤੁਹਾਨੂੰ ਵੇਖ ਕੇ ਅੰਦਾਜ਼ਾ ਲਾਵਾਂਗਾ ਤੁਹਾਡੇ ਤੋਂ ਮੈਂ ਬੰਦਾ ਮਾਰ ਸਕਦਾ ਕਿ ਨਹੀਂ। ਸੋਚਣਾ ਸੋਚਣਾ ਕੁਝ ਮਾਰ ਤੇ ਹੈ ਨਹੀਂ, ਚਲੋ ਥੋੜ੍ਹੀ ਦੇਰ ਲਈ ਭੁੱਲੀ ਸਹੀ। ਸੱਚੀਆਂ ਗੱਲਾਂ ਨੇ ਨਾ, ਉਹ ਅਸੀਂ ਗੱਲ ਸੱਚੀਆਂ ਤੇ ਤੈਅ ਪਾਇਆ ਕਿ ਜਿਹਦੇ ਹੱਥ 'ਚ ਅਹਿਮਦ ਫਰਾਜ਼ ਦੀ ਕਿਤਾਬ ਹੋਏਗੀ ਉਹ ਹੋਏਗਾ। ਮੈਂ ਨਹੀਂ ਗਿਆ, ਅਹਿਮਦ ਫਰਾਜ਼ ਦੀ ਕਿਤਾਬ ਚੁੱਕ ਲਈ, ਉਹ ਆਈ ਉਹਨੇ ਵੀ ਅਹਿਮਦ ਫਰਾਜ਼ ਦੀ ਕਿਤਾਬ ਚੁੱਕ ਲਈ। ਅਸੀਂ ਇੰਜ ਕਰਕੇ ਜਦੋਂ ਮਿਲ ਗਏ, ਮੈਂ ਕਿਹਾ ਇਹੋ ਹੀ ਲਾਗੇ ਥੱਲੇ ਰੈਸਟੋਰੈਂਟ ਸੀ, ਅਸੀਂ ਉੱਥੇ ਚਲੇ ਗਏ, ਉੱਥੇ ਗੱਲਾਂ ਬਾਤਾਂ ਕੀਤੀਆਂ। ਉਹਨਾਂ ਤੋਂ ਕਤਲ ਕੀਤਾ ਜਾ ਸਕਦਾ ਸੀ, ਲੇਕਿਨ ਉਹਨਾਂ ਨੂੰ ਮੈਂ ਸਮਝਾਇਆ ਕਿ ਕਤਲ ਨਾ ਕਰਾ, ਇਹਦਾ ਮੈਂ ਮੁਤਬਾਦਲ ਹੱਲ ਦੇ ਦਿੰਦਾ। ਉਹ ਫਿਰ ਮੈਂ ਉਹਨਾਂ ਨੂੰ ਮੁਤਬਾਦਲ ਹੱਲ ਦਿੱਤਾ, ਫਿਰ ਉਹ ਮੇਰੇ ਮਗਰ ਪੈ ਗਏ। ਫਿਰ ਉਹ ਜੋ ਕਮਾਉਣਾ ਸਿਆਸਤ 'ਚ, ਮੈਂ ਫੁੱਲ ਟਾਈਮ ਸਿਆਸਤ ਦੇ ਤੌਰ ਬਿਜ਼ਨਸ ਕਰਨਾ, ਉਹਨਾਂ 'ਤੇ ਲੱਗ ਜਾਣਾ। ਅਤੇ ਮੈਂ ਕਿਹੜੀ ਗੱਲ ਕਰਾਂ? ਹਾਂ, ਉਹ ਉਹਨਾਂ ਨੇ ਕਿਹਾ ਆਪਣੇ ਘਰ ਰਿਸ਼ਤਾ ਭੇਜੋ। ਉਹ ਗੱਲ ਸੀ ਅਤੇ ਇੰਨੀ ਗੱਲ 'ਤੇ ਗਜ਼ਬ ਸੀ ਕਿ ਬਚਦੇ ਨੇੜੇ ਆ ਗਏ, ਸਾਡੇ ਤੇ ਉਹ ਵਿਹੜੇ ਆ ਗਏ, ਅੱਖਾਂ ਵੀ ਹੁਣ ਮੰਨਦੀਆਂ ਨਹੀਂ, ਕਿਹੜੇ 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 ਆ ਗਏ ਤੇ ਸਾਨੂੰ ਗੇੜਾ ਦਿੰਦੇ ਸੀ ਉਹ, ਸਾਨੂੰ ਗੇੜਾ ਨਹੀਂ ਸਿਰ ਸਰ ਸਾਨੂੰ ਗੇੜਾ ਦਿੰਦੇ ਸੀ ਉਹਨਾਂ ਨੂੰ ਵੀ ਗੇੜੇ ਆ ਗਏ, ਸਾਨੂੰ ਗੇੜਾ ਦਿੰਦੇ ਸੀ ਉਹਨਾਂ ਨੂੰ ਵੀ ਗੇੜੇ ਆ ਗਏ। ਔਰ ਸ਼ੇਰੇ ਕੇ ਹੀਰ ਤੇ ਹੋ ਗਈ ਇਹ ਹੁਣ ਮੇਰੀ,
ਹੀਰ ਤੇ ਹੋ ਗਈ, ਉਹਨੇ ਕਿਹਾ ਨਾ ਦਿੱਤਾ ਵੀ ਰਿਸ਼ਤਾ ਆਪਣਾ ਲੈਣ ਆ ਜਾਓ, ਹੀਰ ਤੇ ਹੋ ਗਈ ਹੁਣ ਮੇਰੀ, ਹੀਰ ਤੇ ਹੋ ਗਈ ਮੇਰੀ, ਇੱਥੋਂ ਲੈਣ ਕੀ ਖੇੜੇ ਆ ਕੇ ਔਰ ਕਾਫਲੇ ਗੌਰ ਸ਼ੇਰੇ ਕੇ ਦੂਰੋਂ ਦੂਰੋਂ ਅੱਗਾਂ ਲਾ, ਦੂਰੋਂ ਦੂਰੋਂ ਅੱਗਾਂ ਲਾ ਕੇ ਸਿੱਖ ਨੇੜੇ ਨੇੜੇ ਆ ਗਏ, ਦੂਰੋਂ ਦੂਰੋਂ ਅੱਗਾਂ ਲਾ ਕੇ ਸਿੱਖ ਨੇੜੇ ਨੇੜੇ ਆ ਗਏ, ਤੇ ਓਹੋ ਓਹੋ ਡੁੱਬਦੇ ਜਾ, ਓਹੋ ਓਹੋ ਡੁੱਬਦੇ ਜਾਵਨ ਸਾਹਮਣੇ ਜਿਹੜੇ ਜਿਹੜੇ ਆ ਗਏ, ਤੇ ਇੱਕੋ ਨਜ਼ਰ ਦਿਲੇ ਤੇ ਮਾਰੀ, ਇੱਕੋ ਨਜ਼ਰ ਦਿਲੇ ਤੇ ਮਾਰੀ, ਤੇਰਾ ਤੇ ਕੀ ਤੇੜੇ ਆ ਗਏ, ਔਰ ਕਾਬਲੇ ਗੌਰ ਸ਼ੇਰੇ ਕੇ ਓਹੋ ਕਲਮਾ ਪੜ੍ਹਦੇ ਜਾ, ਓਹੋ ਕਲਮਾ ਪੜ੍ਹਦੇ ਜਾਵਨ ਬਈ, ਓਹੋ ਕਲਮਾ ਪੜ੍ਹਦੇ ਜਾਵਨ ਵੇਖਣ ਜਿਹੜੇ ਜਿਹੜੇ ਆ ਗਏ, ਤੇ ਨਹੀਂ ਰੁੱਸਣ ਰਸਣ ਵਾਲੇ ਆਪੇ ਹੀ ਸਾਡੇ ਨੇੜੇ ਆ ਗਏ, ਤੇ ਉਹ ਫਿਰ ਕਿਸ ਤਰ੍ਹਾਂ ਨਿਕਲਣ ਇੱਥੋਂ, ਉਹ ਫਿਰ ਕਿਸ ਤਰ੍ਹਾਂ ਨਿਕਲਣ ਇੱਥੋਂ ਸਾਡੇ ਜ਼ੇਹਨ 'ਚ ਜਿਹੜੇ ਆ ਗਏ, ਆਪ ਹੀ ਦੋਸ਼ਣ ਕੇ ਕਰਕੇ ਪੂਰਾ ਹਾਲ ਸ਼ਵਾਰ, ਕਰਕੇ ਪੂਰਾ ਹਾਰ ਸ਼ਿੰਗਾਰ, ਉਹ ਡੋਬਨ ਸਾਡੇ ਬੇੜੇ ਆ ਗਏ, ਆਖਰੀ ਸ਼ੇਰੇ ਕੇ ਹੋ ਗਿਆ ਰਾਜ਼ੀ ਸੱਜਣ ਪਿਆਰਾ, ਮਰਨੇ ਦੇ ਦਿਨ ਨੇੜੇ ਸਾਨੂੰ ਕਿਹੜਾ ਦੇ ਸੀ ਉਹਨਾਂ।